ਮਸਜਿਦ ਬਣੀ ਹੋਈ ਮਸਜਿਦ ਦੇ ਨਾਲ ਜੀ ਇਹ ਰਸਤਾ ਅੰਦਰ ਨੂੰ ਆਉਂਦਾ ਆ ਜੀ ਬਿਲਕੁਲ ਅੰਦਰ ਨੂੰ ਆ ਕੇ ਜੀ ਆਪਾਂ ਸਿੱਧੇ ਚੱਲਦੇ ਜਾਣਾ ਆ ਜੀ ਅੱਗੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਧਰਮਸ਼ਾਲਾ ਆਉਂਦੀ ਆ ਜੀ ਜੇਕਰ ਆਪਾਂ ਕਟੜਾ ਸ਼ਹਿਰ ਦੇ ਵਿੱਚ ਰੁਕਣਾ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮਸ਼ਾਲਾ ਦੇ ਵਿੱਚ ਰੁਕ ਸਕਦੇ ਆ ਜੀ ਆਪਾਂ ਵੀ ਜਾ ਰਹੇ ਆ ਬਾਬਾ ਬੰਦਾ ਸਿੰਘ ਜੀ ਦੀ ਧਰਮਸ਼ਾਲਾ ਵੱਲ ਨੂੰ ਜੀ ਕੀ ਰੇਟ ਦੇ ਉੱਤੇ ਕਮਰੇ ਮਿਲ ਜਾਂਦੇ ਨੇ ਕੀ ਕੁਝ ਐ ਇਸ ਧਰਮਸ਼ਾਲਾ ਦੇ ਅੰਦਰ ਜੀ ਆਪਾਂ ਚੱਲ ਕੇ ਦੇਖਦੇ ਆ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ ਵੀਡੀਓ ਦੇ ਵਿੱਚ ਜੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪਸਥਾਨ ਦੇ ਦਰਸ਼ਨ ਕੀਤੇ ਸੀ ਜੀ ਜਿਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਜੀਵਨ ਦੇ 2 ਸਾਲ ਬਤਾਏ ਸੀਗੇ ਜੀ ਗ੍ਰਸਤ ਜੀਵਨ ਬਾਬਾ ਜੀ ਨੇ ਉਸ ਜਗ੍ਹਾ ਦੇ ਉੱਤੇ ਬਤਾਇਆ ਜੀ ਭਗਤੀ ਕੀਤੀ ਜੀ ਉਸ ਜਗ੍ਹਾ ਬਾਬਾ ਜੀ ਨੇ ਲੱਕੜ ਦਾ ਦੇਵਦਾਰ ਲੱਕੜ ਦਾ ਨਿਸ਼ਾਨ ਸਾਹਿਬ ਬਾਬਾ ਜੀ ਨੇ ਉਸ ਜਗ੍ਹਾ ਦੇ ਉੱਤੇ ਚਲਾਇਆ ਸੀਗਾ ਜੀ ਬਹੁਤ ਵੱਡੀ ਕੁਰਬਾਨੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਉੱਤੇ ਜਿਹੜੀ ਧਰਮਸ਼ਾਲਾ ਬਣੀ ਹੋਈ ਆ ਉਸ ਨੂੰ ਦੇਖਦੇ ਆਂ ਵਿਜ਼ਿਟ ਕਰਦੇ ਆਂ ਜਿਹੜਾ ਬਣਿਆ ਹੋਇਆ ਸੰਤ ਨਿਰੰਕਾਰੀ 사ਦ ਸੰਗ ਭਵਨ ਕਟੜਾ ਲਟੋਰੀ ਰੋਡ ਇਹ ਰੋਡ ਤੋਂ ਸਿੱਧੇ ਚੱਲਦੇ ਜਾਣਾ ਹੈ ਜੀ ਅੱਗੇ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਦੇ ਉੱਤੇ ਬਣੀ ਹੋਈ ਧਰਮਸ਼ਾਲਾ ਜੀ ਸਾਹਮਣੇ ਜੀ ਆਪਾਂ ਦਰਸ਼ਨ ਕਰ ਸਕਦੇ ਆ ਦੇਖ ਸਕਦੇ ਆ ਜੀ ਧਰਮਸ਼ਾਲਾ ਬਾਬਾ ਬੰਦਾ ਬਹਾਦਰ ਜੀ ਬਣੀ ਹੋਈ ਜੀ ਇਹ ਬਿਲਡਿੰਗ ਆ ਜੀ ਇਸ ਧਰਮਸ਼ਾਲਾ ਦੀ ਪਿੱਪਲ ਚੌਂਕ ਤੋਂ ਉੱਤਰ ਕੇ ਜੀ ਬਹੁਤ ਆਸਾਨੀ ਨਾਲ ਆਪਾਂ ਇਸ ਧਰਮਸ਼ਾਲਾ ਵਿੱਚ ਪਹੁੰਚ ਸਕਦੇ ਹਾਂ ਆਟੋ ਲੈ ਸਕਦੇ ਆਪਾਂ ਇਸ ਧਰਮਸ਼ਾਲਾ ਵਿੱਚ ਪਹੁੰਚਣ ਲਈ ਜੀ ਇਹ ਬੋਰਡ ਲੱਗਿਆ ਹੋਇਆ ਤੁਸੀਂ ਸਕਰੀਨ ਦੇ ਉੱਤੇ ਪੜ੍ਹ ਸਕਦੇ ਹੋ ਜੀ ਧਰਮਸ਼ਾਲਾ ਬਾਬਾ ਬੰਦਾ 72 ਇਹ ਮੋਬਾਈਲ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਫੋਨ ਵੀ ਕਰ ਸਕਦੇ ਹੋ ਕਨੈਕਟ ਕਰ ਸਕਦੇ ਹੋ ਕਨੈਕਟ ਕਰਕੇ ਇਸ ਧਰਮਸ਼ਾਲਾ ਦੇ ਵਿੱਚ ਆ ਸਕਦੇ ਹੋ ਜੀ ਆਪਾਂ ਚੱਲਦੇ ਹਾਂ ਜੀ ਇਸ ਧਰਮਸ਼ਾਲਾ ਦੇ ਅੰਦਰ ਨੂੰ ਪੜ ਸਕਦੇ ਹੋ ਤੁਸੀਂ ਜੀ ਇਸ ਪ੍ਰਬੰਧਕ ਕਮੇਟੀ ਵੱਲੋਂ ਜੀ ਕੁਝ ਨਿਯਮ ਬਣਾਏ ਗਏ ਨੇ ਜੀ ਕੁਝ ਸ਼ਰਤਾਂ ਨੇ ਇਹਨਾਂ ਦੀਆਂ ਜੀ ਇਹਨਾਂ ਨੂੰ ਫੋਲੋ ਕਰਨਾ ਸਾਡਾ ਫਰਜ਼ ਆ ਜੀ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਧਰਮਸ਼ਾਲਾ ਦੇ ਅੰਦਰ ਜੀ ਸੱਪਨਾ ਜੀ ਇਸ ਧਰਮਸ਼ਾਲਾ ਦੀ ਇਸ ਜਗ੍ਹਾ ਤੋਂ ਆਪਾਂ ਰੂਮ ਲੈ ਸਕਦੇ ਆ ਜੇ ਹਾਲ ਦੇ ਵਿੱਚ ਰੁਕਣਾ ਹੋਵੇ ਹਾਲ ਦੇ ਵਿੱਚ ਰੁਕ ਸਕਦੇ ਆ ਇਹ ਤਸਵੀਰ ਲੱਗੀ ਆ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਜੀ ਦੀ ਜੋ ਡੇਰਾ ਬਾਬਾ ਬੰਦਾ ਬਹਾਦਰ ਜੀ ਦੇ ਮੁੱਖ ਗੱਦੀ ਨਿਸ਼ੀਨ ਨੇ ਜੀ ਦਸਵੇਂ ਬੰਸਜ ਨੇ ਬਾਬਾ ਜਤਿੰਦਰਪਾਲ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀ ਆਪਾਂ ਦਰਸ਼ਨ ਕਰ ਸਕਦੇ ਆ ਜੀ ਇਹ ਰੂਮ ਬਣੇ ਹੋਏ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੰਦਰ ਵੀ ਰੂਮ ਨੇ ਜੀ ਜਿਹੜਾ ਰੂਮ ਦਾ ਰੱਟਾ ਜੀ ਨੋਨ ਏਸੀ ਦਾ 700 ਰੁਪਏ ਆ ਏਸੀ ਦਾ 1100 ਰੁਪਏ ਆ ਜੇਕਰ ਤੁਸੀਂ ਹਾਲ ਦੇ ਵਿੱਚ ਰੁਕਣਾ ਆ ਤਾਂ ਉਹਦਾ 150 ਰੁਪਏ ਰੈਂਟ ਲਿਆ ਜਾਂਦਾ ਆ ਜੀ ਬਹੁਤ ਵੱਡੀ ਜੀ ਇਹ ਧਰਮਸ਼ਾਲਾ ਬਣੀ ਹੋਈ ਆ ਜੀ ਸਾਹਮਣੇ ਹਾਲ ਰੂਮ ਨੇ ਤੁਸੀਂ ਦੇਖ ਸਕਦੇ ਹੋ ਸਾਨੂੰ ਤੇ ਕਦੇ ਵੀ ਕਟੜਾ ਸ਼ਹਿਰ ਆਵੋ ਤਾਂ ਇੱਕ ਵਾਰ ਜ਼ਰੂਰ ਜੀ ਇਸ ਧਰਮਸ਼ਾਲਾ ਦੇ ਵਿੱਚ ਵਿਜ਼ਿਟ ਕਰਿਓ ਜੀ ਜੀ ਇਸ ਜਗ੍ਹਾ ਕਿਚਨ ਦਾ ਪ੍ਰਬੰਧ ਵੀ ਕੀਤਾ ਹੋਇਆ ਜੀ। ਮੈਂ ਕਹਿ ਸਕਦੇ ਆਂ ਆਪਾਂ ਕਿਚਨ ਹੈਗੀ ਐ ਇਸ ਜਗ੍ਹਾ ਜੀ ਇਸ ਧਰਮਸ਼ਾਲਾ ਦੇ ਵਿੱਚ ਜੀ। ਜਿਸ ਜਗ੍ਹਾ ਆਪਾਂ ਬ੍ਰੇਕਫਾਸਟ, ਲੰਚ, ਡਿਨਰ ਕਰ ਸਕਦੇ ਆਂ ਜੀ। ਚਾਹ ਪੀਣੀ ਆ ਚਾਹ ਪੀ ਸਕਦੇ ਆਂ ਜੀ। 70 ਰੁਪਏ ਦੀ ਪਲੇਟ ਦਿੰਦੇ ਨੇ ਜੀ ਇਹ ਜਿਹੜਾ ਆਪਾਂ ਰਾਤ ਨੂੰ ਨਾਸ਼ਤਾ ਕਰਦੇ ਆਂ ਜੀ। ਤਿੰਨ ਰੋਟੀਆਂ ਨੇ ਚਾਹ ਵਾਲਾ, ਦਾਲ ਆ, ਮਿਕਸ ਵੈੱਜਾ। ਯਾਨੀ ਬਹੁਤ ਵਧੀਆ ਜੀ ਇਹ ਰੋਟੀ ਬਣਾਉਂਦੇ ਨੇ ਜੀ। ਅਸੀਂ ਵੀ ਖਾਧੀ ਆ ਯਾਨੀ ਬਹੁਤ ਵਧੀਆ ਟੇਸਟ ਆ ਇੱਕ ਘਰਾ ਵਰਗਾ ਸਵਾਦ ਆਉਂਦਾ ਜੀ ਆਪਾਂ ਨੂੰ ਜਦੋਂ ਆਪਾਂ ਇਸ ਕਿਚਨ ਦੇ ਵਿੱਚ ਇਸ ਮੈਸੇਜ ਦੇ ਵਿੱਚ ਖਾਨੇ ਆ ਕੁਸ਼ ਜੀ ਆਪਾਂ ਕਦੇ ਵੀ ਜਦੋਂ ਵੈਸ਼ਨੂ ਦੇਵੀ ਮਾਤਾ ਜੀ ਦੇ ਦਰਸ਼ਨ ਆਉਂਨੇ ਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਧਰਮ ਸ਼ਾਲਾ ਦੇ ਵਿੱਚ ਵਿਸਟ ਕਰਿਓ ਜੀ ਇਹ ਸਾਹਮਣੇ ਆਪਾਂ ਦਰਸ਼ਨ ਕਰ ਸਕਦੇ ਆਂ ਜੀ ਮਾਤਾ ਵੈਸ਼ਨੂ ਦੇਵੀ ਜੀ ਦੇ ਸਥਾਨ ਦੇ ਜੀ ਦਿਨ ਵੇਲੇ ਤਾਂ ਇਹ ਰਸਤਾ ਦਿਖਾਈ ਨਹੀਂ ਦਿੰਦਾ ਜੀ ਜਦੋਂ ਲਾਈਟਾਂ ਚੱਲ ਜਾਂਦੀਆਂ ਨੇ ਤਾਂ ਇਹ ਰਸਤਾ ਸਾਫ਼ ਦਿਖਾਈ ਦਿੰਦਾ ਆ ਜੀ ਆਪਾਂ ਦਰਸ਼ਨ ਕਰ ਸਕਦੇ ਆ ਮਾਤਾ ਵੈਸ਼ਨੂ ਦੇਵੀ ਜੀ ਦੇ ਅਸਥਾਨ ਦੇ ਜੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਦਾ ਰੇਲਵੇ ਸਟੇਸ਼ਨ ਆ ਜੀ ਇਹ ਦੇਖ ਸਕਦੇ ਆਪਾਂ ਆਪਣੀ ਸਕਰੀਨ ਦੇ ਉੱਤੇ ਜੀ ਜੀ ਪਹਿਲਾਂ ਵੀ ਤੁਹਾਡੇ ਨਾਲ ਇੱਕ ਵਾਰ ਗੱਲ ਕੀਤੀ ਆ ਜਿਹੜਾ ਕਟੜਾ ਦਾ ਰੇਲਵੇ ਸਟੇਸ਼ਨ ਆ ਜੀ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਆ ਜੀ ਇਹ ਰੇਲਵੇ ਸਟੇਸ਼ਨ 8:42 ਮਿੰਟ ਹੋ ਗਏ ਟ੍ਰੇਨ ਹੋ ਗਈ ਆਪਣੀ ਲੇਟ ਜੀ ਬਹੁਤ ਜ਼ਿਆਦਾ ਸਫਾਈ ਆ ਜੀ ਇਸ ਰੇਲਵੇ ਸਟੇਸ਼ਨ ਤੇ ਇਸ ਰੇਲਵੇ ਸਟੇਸ਼ਨ ਉੱਤੇ ਜਿਹੜੀ ਸਫਾਈ ਆ ਜੀ ਉਹਦਾ ਇੱਕ ਕਾਰਨ ਇਹ ਵੀ ਆ ਵੀ ਇਸ ਰੇਲਵੇ ਸਟੇਸ਼ਨ ਦੇ ਉੱਪਰ ਜੀ ਕਿਰਿਆ ਖਾਣ ਪੀਣ ਦੀਆਂ ਸਟਾਲਸ ਹੁੰਦੀਆਂ ਨੇ ਉਹ ਬਿਲਕੁਲ ਨਹੀਂ ਹੈਗੀਆਂ ਜੀ ਜਿਸ ਜਗ੍ਹਾ ਤੋਂ ਪੱਟੇ ਟਿਕਟ ਲੈਣੇ ਆ ਉਸ ਜਗ੍ਹਾ ਹੀ ਖਾ ਪੀ ਸਕਦੇ ਆ ਆਪਾਂ ਬਾਕੀ ਸਟੇਸ਼ਨ ਦੇ ਉੱਤੇ ਸ਼ਾਪਸ ਨਹੀਂ ਹੈਗੀਆਂ ਟਰੈਕ ਦੇ ਉੱਤੇ ਇਸ ਕਰਕੇ ਸਫਾਈ ਦੇਖੋ ਤੁਸੀਂ ਬਹੁਤ ਜ਼ਿਆਦਾ ਆਇਆ ਜੀ